ए आकाशवाणी जम्मू है बढ़ले खबरें तुमदा स्वागत पहले खास खास खबरें करने मैं जगमोहन शर्मा ਕਸ਼ਤਵਾਰ ਜ਼ਿਲ੍ਹੇ ਦੇ ਮੜਵਾਈ ਲਾਕੇ ਪੇ ਸ਼ਾਇਦ ਇੱਕ ਸੜਕਾਤ ਸੇ ਚੌ ਮਹਿਲਾਇ ਸਨੇ 8 ਜਨ ਦੀ ਮੌਤ ਹੋ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 20 ਸ਼ਿਖਰ ਸਮੇਲਨ ਵਿੱਚ ਸ਼ਿਰਕਤ ਕਰੀਏ ਮੁਲਕ ਪਰਤੋਇਆ ਨਾ ਉਹਨੇ ਆਖਿਆ ਜੀ G20 ਦੀ ਭਾਰਤੀ ਅਗਧਸ਼ਤਾ ਸਮਾਵੇਸ਼ੀ ਸਮਗਰ ਮਾਤਵ ਕਾਂਖਸ਼ੀ ਤੇ ਫੈਸਲਾਕੂਨ ਕਾਰਵਾਈਆਂ ਪਰ ਕੇਂਦੇ ਤੋਗ लखनऊ का मंडल मनोज सिन्हा रियाख है जिन अमिए काढेत जीआईएस तकनीकें दी बरतून कने सरकार दे कामकाज व्यापार कारोबार ते समाज दे विकासत भी तेजी आवा कर दी है ते मुख्य सचिव डॉक्टर अरुण कुमार महतो रियाख है जो माय टाउन माय प्राइड कार्यक्रम तहत हर नगर हर कस्बा अपनी आसें में दें दे दिव्य लक्ष्यंगी तय करोग खबरें दी तफसील करने विजय बजाज ਕਿਸ਼ਤਵਾਰ ਜ਼ਿਲ੍ਹੇ ਚ ਪੇਸ਼ ਆਏ ਦੇ ਸੜਕਾਂ ਤੇ ਸੜਕਾਂ ਤੇ ਸਿਰਚ 8 ਇੰਚ ਨੇ ਦੀ ਮੌਤ ਹੋਈ ਗਈ ਹੈ ਜਿnde ਚ 4 ਮਹਿਲਾ ਸ਼ਾਮਲ ਨ ਜਾਣਕਾਰੀ ਮੁਜਬ ਇਯਾਦ ਸਾ ਉਸਲੇ ਪੇਸ਼ ਆਇਆ ਜਿਸਲੇ ਰੇਨੀ ਥਮਾ ਥੋਰ 2 ਜਾਣਦੀ ਇੱਕ ਗੱਡੀ ਮੜਵਾ ਦੇ ਅਲਾਸੀਆਰ ਇਲਾਕੇ ਚ ਛਿੜਕਾ ਪ੍ਰਰੂਲ ਕੀਏ ਏਠ ਜਾਈ ਪਈ ਅੱਜ ਦੀ ਖਬਰ ਤੋਂ ਦੇ ਗਾ ਪੁਲਸਾ ਮਕਾਮੀ ਲੋਕਾਂ ਦੇ ਸਹਿਯੋਗ ਕਨੇ ਬਚਾ ਕਾਰਵਾਈ ਸ਼ੁਰੂ ਕਰ ਦਿੱਤੀ ਲੈਫਟਨੈਂਟ ਗਵਰਨਰ ਮਨੋਤ ਸਿਨਾਉਰ ਨੇ ਅੱਜ ਸੇ ਪਰ 11 ਤੂਖ ਪ੍ਰਗਟ ਕਰਦੀ ਹੋਈ ਸੋਗੀ ਪਰਵਾਰਾਂ ਕਨੇ ਦਿੱਲੀ ਅਮਦਰਦੀ ਤੇ ਬਸੂਸ ਪ੍ਰਗਟ ਕੀਤਾ ਹੈ ਪਰਧਾਨ ਮੰਤਰੀ ਹੁੰਦੇ ਦਫਤਰਾਂ ਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਵੀ ਅੱਜ ਸੇ ਪਰ ਦੁੱਖ ਜ਼ਾਰ ਕੀਤਾ ਹੈ। ਉਹਨੇ ਕਸ਼ਤਵਾਰ ਦੇ ਡਿਪਟੀ ਕਮਿਸ਼ਨਰ ਡਾਕਟਰ ਦੇਵਾਂਜ ਯਾਦਵਨ ਦੇ ਕੰਨ ਗੱਲ ਕੀਤੀ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਮੌਮਕਨ ਰਾਤ ਪੂਜਾਣੇ ਦਾ ਨਿਰਦੇਸ਼ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਤੇ ਡੈਮੋਕ੍ਰੈਟਿਕ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਵੀ ਇਸ ਅੱਜ ਸੇ ਪਰ ਗਹਿਰਾ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ 17ਵੇਂ G20 ਸ਼ਿਖਰ ਸੰਮੇਲਨ ਚ ਇਸਾ ਲੈਣੇ ਲਈ ਇੰਡੋਨੇਸ਼ੀਆ ਦੀ ਬਾਲੀ ਥਾਰਾ ਦੇ ਆਪਣੇ ਤ੍ਰਾਂ ਦਿਨੇ ਦੇ ਦੌਰੇ ਮਗਰਾਂ ਵਾਪਸ ਦਿੱਲੀ ਪਰ ਤੋ ਯਾਇਨ ਪ੍ਰਧਾਨ ਮੰਤਰੀਓਰੇ ਇੰਡੋਨੇਸ਼ੀਆ ਦੇ ਲੋਕ ਕੇ ਇੰਡੋਨੇਸ਼ੀਆ ਦੀ ਸਰਕਾਰ ਤੇ ਉਥੋਂ ਦੇ ਰਾਸ਼ਟਰਪਤੀ ਜੋਕੋ ਵਿਡੋਡੋਂਦਾ ਉੰਦਾ ਨਿੱਗਾ ਸਵਾਗਤ ਕਰਨੇ ਲਈ ਧੰਨਵਾਦ ਕੀਤਾ ਪ੍ਰਧਾਨ ਮੰਤਰੀਓਰੇ ਦੁਨੀਆ ਦੇ ਬਖ ਬਖ ਨੇਤਾਇ ਕੰਨ ਕਈਏ ਮੁੱਦੇ ਪਰ ਸਾਰਥਕ ਚਰਚਾ ਕੀਤੀਆਂ ਤੇ ਮਤਵਾਲੇ ਮੁੱਦੇ ਪਰ ਭਾਰਤ ਦੇ ਨਜ਼ਰੀਏ ਗੁੰਦੇ ਸਾਹਮਣੇ ਰੱਖਿਆ जी20 शिखर सम्मेलन ਦੇ ਸਮਾਪਨ ਉਪਰ ਭਾਰਤ ਦੀ ਅਧਿਕਾਰਿਕ ਤੌਰ 'ਤੇ ਜੀ20 ਦੀ ਅਥੀਖਸ਼ਤਾ ਸੌਂਪੀ ਗਈ ਹੈ ਭਾਰਤ ਅਧਿਕਾਰਿਕ ਤੌਰ 'ਤੇ ਆਪਣੀ ਇਹ ਜ਼ਿੰਮੇਵਾਰੀ ਅਗਲੇ ਮਹੀਨੇ ਦੀ ਪਹਿਲੀ ਤਰੀਕ ਤਮ ਸੰਭਗ ਸਮਾਪਨ اجلاس ਦਰਨ ਇండోਨੇਸ਼ੀਆ ਦੇ ਰਾਸ਼ਟਰਪਤੀਓਰੇ ਜੀ20 ਦੀ ਅਥੀਖਸ਼ਤਾ ਪ੍ਰਧਾਨ ਮੰਤਰੀਓਰੇ ਕਿ ਸੌਂਪੀ ਦਿੱਤੀ श्री मोदी ओरियां कहया जे ए हर भारतवासी ਲਈ ਬੜੇ ਫਖਰ ਵਾਲੀ ਗੱਲ ਹੈ ਜੇ ਭਾਰਤ G20 ਦੀ અધ્યક્ષਤਾ ਦਾ ਜ਼ਿੰਮਾ ਉਸਲੇ ਸੰਭਾਲ ਕਰਦਾ ਹੈ ਜਿਸਲੇ ਦੁਨੀਆ ਭੂਗੋਲਿਕ, ਰਾਜਨੀਤਿਕ ਤਨੁਤਨਿਆਲੀ ਸਥਿਤੀ, ਆਰਥਿਕ ਮੰਦੀ, ਖਾਣੇ ਪੀਣਿਆ ਲਈਏ ਚੀਜ਼ਾਂ ਤੇ ਊਰਜਾ ਦੀਆਂ ਵੱਧਦੀਆਂ ਕੀਮਤਾਂ ਤੇ ਲੰਮੇ ਸਮੇਤ ਅਗਰ ਚੱਲਨੇ ਵਾਲੇ ਮਹਾਮਾਰੀ ਦੇ ਮਾੜੇ ਅਸਰ ਦਾ ਸਾਹਮਣਾ ਕਰ ਰਿਆ ਕਰਦੀ ਹੈ। ਉਹਨੇ ਦੁਨੀਆ ਦੀ ਨਿਤਾਇਨ ਕੀ ਪ੍ਰੋਸਾ ਦੋਆਇਆ ਹੈ ਜੇ G20 ਦੀ ਭਾਰਤੀ અધ્યક્ષਤਾ ਸਮਗਰ ਮਹਤੂਕਾਂਕਸ਼ੀ, ਨਤੀਜਾਕੁਨ ਤੇ ਕਾਰਵਾਈਆਂ ਉਪਰ ਕੇਂਦਰਿਤ ਹੋਗ। ਸ਼੍ਰੀ ਮੋਦੀ ਹੋਰੀਂ ਆਖਿਆ ਜੇ ਭਾਰਤ ਕੁਲ ਸੰਸਾਰੀ ਸਤਹ ਪਰ ਨਵੇਂ ਵਿਚਾਰਾਂ ਦੀ ਸ਼ਾਮਲ ਕਰਨੇ ਤੇ ਸੰਗਠਿਤ ਤੌਰ ਪਰ ਕੰਮ ਕਰਨੇ ਬਖੀ ਯਤਨ ਕਰੂਗਾ ਸਾਡੇ ਸੰਵਾਦਦਾਤਾ ਨੇ ਖਬਰ ਦਿੱਤੀ ਹੈ ਕਿ ਜੀ20 ਮੁਲਕਾਂ ਬਾਲੀ ਕੋਸ਼ਨਾ ਪੱਤਰਾਂ ਦੀ ਅਪਣਾਈ ਲੈਤਾ ਹੈ ਜਿਹਦੇ ਚ ਮੌਜੂਦਾ ਮਤਭੇਦਾਂ ਤੇ ਤਨੋਤਨੀ ਦੇ ਚਲਦੇ ਖਾਦਿਆ ਸੁਰੱਖਿਆ ਦੀ ਚੁਣੌਤੀ ਪਰ ਗਹਿਰੀ ਚਿੰਤਾ ਵਿਅਕਤ ਕੀਤੀ ਗਈ ਹੈ 라이बाई محکمہ ਦੇ ਅਤ੍ਰਿੱਕਤ ਮੁੱਖ ਸਚੀਵ ਅਟਲ ਟੁੱਲੂਵਰੇ ਪ੍ਰਦੇਸ਼ ਚ ਖਰੀਫ ਦੀ ਰੁੱਤ ਲਈ ਬੀਏ ਤੇ ਹੋਰ ਨੇ ਸਰਬੰਧਤ ਸਮਿਆਨ ਦੀ ਦਸਤਾਵੇਜ਼ੀ ਦਾ ਜਾਇਜ਼ਾ ਲੈਣੇ ਕੀਤਾ ਕੱਲ ਅਹਿਲਕਾਰਿੰਗ ਦੀ ਬੈਠਕ ਲਾਈ ਇਸ ਮੌਕੇ ਉਹਨੇ ਅਹਿਲਕਾਰਿੰਗ ਕੀ ਆਖਿਆ ਜਿਉ ਮੰਜੀ ਕੰਕਾ ਤਿਲਹਨ ਤੇ ਦਾਲੀ ਵਗੈਰਾ ਦੇ ਬੀਏ ਦੀ ਦਸਤਾਵੇਜ਼ੀ ਯਕੀਨੀ ਬਣਾਣ ਬੈਠਕਦਰਾਂ ਨੇ ਫੈਸਲਾ ਲਇਤਾ ਗਿਆ ਜੇ ਮਕਾਮੀ ਖਪਤ ਲਈ ਲੋਟਚ ਦੇ ਬੀਏ ਦੀ ਪੈਦਾਵਾਰ ਖਿੱਤੇ ਅੰਦਰ ਗੈ ਕੀਤੀ ਜਾ ਉਨੇ ਐਲ ਕਾਰੰਗੀਦਾਇ ਤਾਂ ਦਿੱਤੀਆਂ ਜਿਉ ਇਸ ਬਰੇ ਦੇ ਖੀਰਾਸ਼ਾ ਪਹਿਲੇ ਪਹਿਲੇ ਜੰਮੂ ਤੇ ਕਸ਼ਮੀਰ ਖੇਤਾਂ ਚ ਪ੍ਰਾਇਮਿਕ ਤੌਰ 'ਤੇ ਬੀਏ ਦਾ ਉਤਪਾਦਨ ਕਰਨ ਵਾਲੇ 50-50 ਉਤਪਾਦਕਾਂ ਦਾ ਪੰਜੀਕਰਨ ਕਰੀ ਲੈਣ ਉਨੇ ਵੀ ਆਖਿਆ ਜੇ ਮਾਰਚ 2023 ਤੱਕ ਅਗਰ 1 ਗਿੰਤਰੀ ਬਧਾਈ ਹੈ ਇਸੇ 100 ਤੱਕ ਪਹੁੰਚਾਈ ਦਿੱਤਾ ਜਾਣਾ ਲੋਟ ਚਦਾ ਮਹਿਲਾਇਆਂ ਤੇ ਬੱਚੇ ਦੇ ਵਿਕਾਸ ਸਰਬੰਧੀ ਕੇਂਦਰੀ ਮੰਤਰਾਲੇ ਪਾਸਯਾ ਜੰਮੂ ਕਸ਼ਮੀਰ ਦੇ ਸਮਾਜ ਕਲਿਆਣ ਵਿਭਾਗ ਦੇ ਸਹਿਯੋਗ ਕਨ ਕੱਲ ਸ਼ਰਨਗਰ ਚਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਹਦਾ ਵਿਸ਼ੇਸਾਰ ਹ ਜੰਮੂ ਕਸ਼ਮੀਰ ਚ ਬੱਚੇ ਦੀ ਰਾਖੀ ਸਰਬੰਧੀ ਪ੍ਰਣਾਲੀ ਕੀ ਤਗੜਾ ਬਣਾਨਾ ਇਸ ਮੌਕੇ ਕਿ ਠੱਗੇ ਪਾਸ਼ਣ ਦਿੰਦੀ ਹੋਈ ਮੰਤਰਾਲੇ ਦੀਆਂ ਸੰਯੁਕਤ ਸਚਿਵ ਇੰਦਰ ਮੱਲੋਰ ਨੇ ਮਹਿਲਾਇਆਂ ਤੇ ਬੱਚੇ ਸਰਬੰਧੀ ਬਖ ਬਖ ਕਾਨੂੰਨਾਂ 'ਤੇ ਪਰ ਲੋਪਾਈ ਸਿੰਕਤ ਸਤੀਵਰੇ ਇਹਨੇ ਕਾਨੂੰਨ ਨੇ ਦੀ ਉਚਿਤ ਤਰੀਕੇ ਕੰਨੇ ਅਮਲ ਆਵਰੀ ਦੇ ਕੰਮਾਂ ਚ ਵੱਖ-ਵੱਖ ਸਰਬੰਧਤ ਤੜਨ ਦੀ ਭੂਮਿਕਾ ਗਿ ਉਜਾਗਰ ਕੀਤਾ ਆਪਣੇ ਸਵਾਗਤੀ ਭਾਸ਼ਣ ਚ ਸਮਾਜ ਕਲਿਆਣ ਵਿਭਾਗ ਜੰਮੂ ਕਸ਼ਮੀਰ ਦੀ ਕਮਿਸ਼ਨਰ ਸੈਕਟਰੀ ਸ਼ੀਤਲ ਨੰਦੌਰ ਨੇ ਆਖਿਆ ਜੇ ਇਹ ਵਰਕਸ਼ਾਪ ਸਰਬੰਧਤ ਅਧਿਕਾਰੀਆਂ ਕੀ ਜ਼ਮੀਨੀ ਸਤ੍ਹਾ ਪਰ ਅਸਰਦਾਰ ਤਰੀਕੇ ਕੰਨੇ ਕਾਨੂੰਨ ਨੇ ਦੀ ਅਮਲ ਆਵਰੀ ਦੇ ਕੰਮਾਂ ਚ ਮਦਦ ਉਪਲਬਧ ਕਰਵਾਗ ਸੀਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਚੀਵ ਭੁਪਿੰਦਰ ਕੁਮਾਰ ਨੇ ਕੱਲ ਜੰਮੂ ਵਾਲੇ ਸਿਵਲ ਸੈਕਟ੍ਰੇਟ ਚਿਕ ਬੈਠਕ ਲਾਈ ਹੈ ਜੰਮੂ ਕਸ਼ਮੀਰ ਮੈਡੀਕਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਕੰਨੇ ਸਰਬੰਦਤ ਬਖ ਬਖ ਮਾਮਲਿਆਂ ਦਾ ਜਾਇਜ਼ਾ ਲਿਆ ਤਾ ਸਚੀਵ ਨੇ ਦਵਾਈਆਂ ਤੇ ਟੀਕੇ ਦੀ ਵੰਡ ਤੇ ਇਹਦੇ ਪ੍ਰਬੰਧਨ ਸਰਬੰਧੀ ਸਰਸਤੇ ਡੀਵੀਡੀ ਐਮਐਸ ਦਾ ਵਿਸਤਾਰ ਮੁੱਖ ਮੈਡੀਕਲ ਅਧਿਕਾਰੀਆਂ ਦੇ ਸਤਰ ਤੋੜੀ ਯਕੀਨੀ ਬਣਾਉਣੇ ਲਈ ਕਾਰਪੋਰੇਸ਼ਨ ਦੇ ਯਤਨ ਦੀ ਸਰਾਨਾ ਕੀਤੀ ਤੇ ਕੰਨੇ ਆਖਿਆ ਜੇ ਇਸੀ ਪ੍ਰਾਥਮਿਕ ਸਿਹਤ ਕੇਂਦਰ ਦੇ ਸਤਰ ਤੋੜੀ ਆਨੀਆਂ ਜਾਣਾ ਵੀ ਯਕੀਨੀ ਬਣਾਇਆ ਜਾ ਜੰਮੂ ਦੂਰਦਰਸ਼ਨ ਦੇ ਖੇਤਰੀ ਸਮਾਚਾਰੀਕਾਂਸ਼ ਚ ਡੋਗਰੀ ਦੇ ਕੈਜੂਅਲ ਸਮਾਚਾਰਵਾਚਕ ਤੇ ਨਿਊਜ਼ ਐਂਕਰ ਕਾਪੀ ਐਡੀਟਰ ਵੈੱਬਸਾਈਟ ਅਸਿਸਟੈਂਟ ਤੇ ਐਡੀਟੋਰੀਅਲ ਅਸਿਸਟੈਂਟ ਦੇ ਕੈਜੂਅਲ ਪੈਨਲ ਲਈ ਜੰਮੂ ਸੰਭਾਗ ਦੇ ਇੱਛੁਕ ਮੇਦਵਾਰਾਂ ਕੋਲੋਂ ਦਰਖਾਸਤਾਂ ਮੰਗੀਆਂ ਗਈਆਂ ਨਿਊਜ਼ ਐਂਕਰ ਲਈ ਤਾਲੀਮੀ ਕਾਬਲੀਅਤ ਕੋਸਾ ਵੀ ਮਾਨਤਾ ਅਸਲ ਯੂਨੀਵਰਸਿਟੀ ਸ਼ਾਖ ਡਿਗਰੀ ਮੇਦਵਾਰ ਕੀ ਡੋਗਰੀ ਭਾਸ਼ਾ ਬੋਲਣੇ ਲਿਖਣੇ ਤੇ ਪੜ੍ਹਨੇ ਚ ਮਹਾਰਤ ਦੇ ਕੰਨੋ ਕੰਨੀ ਪ੍ਰਸਾਰਣ ਯੋਗ ਖਰੀ ਆਵਾਜ਼ ਤੇ ਕੈਮਰੇ ਸਾਹਮਣੇ ਬੋਲਣੇ ਦਾ ਸਲੀਕਾ ਵੀ ਹੋਣਾ ਲੋੜ ਚਦਾ ਹੈ ਉਰਨਿਸ਼ ਸ਼੍ਰੇਣੀਆਂ ਲਈ ਜਰਨਲਿਜ਼ਮ ਯਾਨੀ ਪੱਤਰਕਾਰੀਤਾ ਚ ਡਿਗਰੀ ਜਾਂ ਡਿਪਲੋਮਾ ਉਹਨਾਂ ਬਿਲਾਸਪਿੰਗ ਹੈ ਇਤੇ ਲਈ ਦਰਖਾਸਤਾਂ 13 ਦਸੰਬਰ 2022 ਤੱਕ ਲੋੜਛੇ ਦਸਤਾਵੇਜ਼ੇਂ ਕਰਨਾ ਇਸ ਪਤੇ ਪਰ ਜਮਾ ਕਰਵਾਈਆਂ ਜਾ ਸਕਦੀਆਂ ਪਤਾ ਹੈ ਦੇ ਹੈਡ ਆਫ ਨਿਊਜ਼ ਰੀਜਨਲ ਨਿਊਜ਼ ਯੂਨਿਟ ਦੂਰਦਰਸ਼ਨ ਕੇਂਦਰ ਟਾਲੀਮੋੜ ਜੰਮੂ ਆਕਾਸ਼ਵਾਣੀ ਜੰਮੂ ਦਾ ਪ੍ਰਾਦੇਸ਼ਿਕ ਸਮਾਚਾਰਿਕਾਂਸ਼ ਅੰਚਕਾਲਿਕ ਸੰਵਾਦਦਾਤਾں ਯਾਨੀ ਪੀਟੀਸੀ ਦੇ ਪੈਨਲ ਲਈ ਉਦਮਪੁਰ ਤੇ ਕਿਸ਼ਤਵਾਰ ਜ਼ਿਲ੍ਹੇ ਚਰਾਉਣੀ ਵਾਲੇ ਓਕੜੇ ਮੇਦਵਾਰਨ ਥਾ ਮ 7 ਦੇ ਕਾਗਜ਼ੇ ਪਰ ਆਵੇਦਨ ਅਮੰਤਰਿਤ ਕਰਦਾ ਜਿੰਦੀ ਉਮਰ 24 ਛਾ 45 ਬਰਿੰਦੇ ਬਿਸ਼ਕਾਰ ਹੋ ਹੈ ਪੀਟੀਸੀ ਲਈ ਕਟੂਕੜ ਤਾਲੀਮੀ ਕਾਬਲੀਅਤ ਪੱਤਰਕਾਰਤਾ ਚ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਡਿਗਰੀ ਜਾਂ ਫੇ ਪੱਤਰਕਾਰਤਾ ਦੇ ਖੇਤਰ ਚ ਦਉ ਬਰਿੰਦੇ ਤਜਰਬੇ ਦੇ ਕੰਨ ਕੁਸੇ ਮਾਨਤਾ ਸਲ ਯੂਨੀਵਰਸਿਟੀ ਥਾ ਮ ਗ੍ਰੈਜੂਏਸ਼ਨੋ ਨੀ ਲੋਟ ਚ ਦੀ ਹੈ ਮੇਦਵਾਰ ਕੀ ਕੰਪਿਊਟਰ ਤੇ ਵਰਡ ਪ੍ਰੋਸੈਸਿੰਗ ਦਾ ਗਿਆਨ ਖਬਰਾਂ ਤਿਆਰ ਕਰਨ ਦੇ ਕੰਮਾਂ 'ਚ ਵਰਤੋਣੇ ਵਾਲੇ ਉਪਕਰਣੇ ਦਾ ਉਦੇਕਾਸ਼ ਹੋਣਾ ਤੇ ਇਲੈਕਟ੍ਰੋਨਿਕ ਮੀਡੀਆ ਲਈ ਕੰਮ ਕਰਨੇ ਦਾ ਤਜਰਬਾ ਵੀ ਹੋਣਾ ਲੋੜ ਚਦਾ ਹੈ। ਅਰਜ਼ੀ ਦੇਣ ਕਰਨੀ ਵਾਲੇ ਮੇਦਵਾਰ ਦੀ ਰਿਆਸ਼ ਸਰਬੰਧਤ ਜ਼ਿਲ੍ਹਾ ਮੁਖੀਅਲੇ ਜਾਂ ਨਗਰਪਾਲਿਕਾ ਦੀ ਆਦ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ ਹੋਣੀ ਲੋੜ ਚਦੀ ਹੈ। ਇਹਦੇ ਲਈ ਸਭਨੇ ਜ਼ਰੂਰੀ ਦਸਤਾਵੇਜ਼ਾਂ ਦੇ ਕੰਨੇ ਅਰਜ਼ੀ ਦੀ ਕਾਪੀ 3 ਨਵੰਬਰ 2022 ਤੱਕ ਇਸ ਪਤੇ ਪਰ ਪੁਜੀ ਜਾਣੀ ਲੋੜ ਚਦੀ ਹੈ। ਪਤਾ ਹੈ, ਦੀ ਹੈੱਡ ਆਫ ਨਿਊਜ਼ ਰੀਜਨਲ ਨਿਊਜ਼ ਯੂਨਿਟ લ ઇંડિયા રેડિયો પંચતીર્થી જમુ પિનકોડ વન એટ ઝીર 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 વન એ ખબર તુસ આકાશવાણી જમુ સુના હું બાકી દબર જગમોહન શર્મા ਲਫਨ ਗਵਰਨਰ ਮਨੋਤ ਸਿਨਹੌਰ ਨੇ ਕੱਲ ਜੰਮੂ ਦੇ ਕਨਵੈਨਸ਼ਨ ਸੈਂਟਰ ਚ ਵਿਸ਼ਵ ਜੀਆਈਐਸ ਤਿਆਰੇ ਦੇ ਸਿਲਸਿਲੇ ਚ ਲਾਇ ਕੇ ਇੱਕ ਕਨਵੈਨਸ਼ਨ ਗੀ ਸੰਪੋਤਿਤ ਕੀਤਾ ਨਵੇਂ ਉਪਰਾਕਰ ਦੀ ਜੀਆਈਸੀ ਟੈਕਨੋਲੋਜੀ ਦੇ ਮਤੋਂ ਪਰ ਲੋਪਾਂਦੀ ਹੋਈ ਸਿਨਹੌਰ ਨੇ ਆਖਿਆ ਜੇ ਇਹ ਦੇ ਕੰਨੇ ਵਪਾਰ ਕਾਰੋਬਾਰ ਸਰਕਾਰੀ ਕੰਮੇ ਤੇ ਸਮਾਜ ਦੇ ਵਿਕਾਸ ਪਾਤੀ ਦੀ ਰਫਤਾਰ ਜ ਬਿਹਤਰੀ ਤੇ ਤੇਜ਼ੀ ਦਰਜ ਕੀਤੀ ਜਾਂਦੀ ਹੈ ਉਹਨੇ ਆਖਿਆ ਜੇ ਜੀਆਈਐਸ ਟੈਕਨੋਲੋਜੀ ਸਰਬੰਧੀ ਪ੍ਰਣਾਲੀ ਬਾਕਬਕ ਤੇਜ ਸੰਚਾਰ ਸਰਬੰਧੀ ਨਮੇ ਸਰੀਸਤੰਦੀ ਪੇਸ਼ਕਸ਼ ਕਰਦੀ ਹੋਈ ਔਰਨੇ ਬਾਕਬਕ ਤੇਜ ਸਮਦੇ ਪੇਸ਼ੰਗੋਈ ਸ਼ਹਿਰੀ ਤੇ ਟ੍ਰਾਂਸਪੋਰਟ ਸਰਬੰਧੀ ਯੋਜਨਾ ਤਿਆਰ ਕਰਨੇ ਸੁਰੱਖਿਆ ਜੈਵਿਕ ਬਨਸਬੰਧਤਾ ਸਰਬੰਧੀ ਨਿਗਰਾਨੀ ਦੂਰ ਸੰਚਾਰ ਰਾਈਬਾਈ ਪਰਿਆਵਰਣ ਤੇ ਇਈਐਨਏ ਉਹ ਨਿਖੇਤ ਦੇਜ ਸਕਾਰਾਤਮਕ ਪ੍ਰਭਾਵ ਪਾ ਕਰਦਿਆ ਨ ਮੁਲਕ ਪਰ ਅਜਿ ਪਿਛਲੇ 8 ਬਰੇ ਦੌਰਾਨ ਜੀਆਈਐਸ ਦੇ ਖੇਤਰ ਚ ਕੀਤੇ ਗਏ ਦੇ ਕ੍ਰਾਂਤੀਕਾਰੀ ਸੁਧਾਰੇ ਬਾਰੇ ਬੋਲਦੇ ਹੋਏ ਸਿਨਹੌਰ ਯਾਂਖੇ ਅਜ ਪ੍ਰਧਾਨ ਮੰਤਰੀ ਨਰਿੰਦਰ ਮੋਦੀਉਂ ਦੇ ਮਾਰਗਦਰਸ਼ਨ ਹਟ ਜੀਆਈਐਸ ਉਹਨ ਵਿਕਾਸ ਸਰਬੰਧੀ ਯੋਜਨਾਏ ਦਾ ਮੁੱਖ ਆਧਾਰ ਬਣੀ ਗੇਦਾ मुख्य सचिव डॉक्टर अरुण कुमार मेहता हो शहरी मकामी निकाय जोर देखा है इस गैसला कर बड़ी तौले आयोजित किए जाने वाले माई टाउन माई प्राइड कार्यक्रम के दुए गड़ दौरान अपनी केड़ी खासियत लाने जान मेहता तो अधिकारियों की गुजारिश की थी जो इस कार्यक्रम की कामयाब बनाने ले उस भावना जज्बे काम करन जिया उन्हें बैक टू विलेज हाल च संपन्न हो चौथे गेड़ दौरान कित म माई टाउन माई प्राइड कार्यक्रम के दुए गेड़ दौरान बख बख इलाकें दौरे पर जाने वाले अधिकारियों की टाउन प्रभारी बनाया जाग उन्हें सबने की अपील की थी जो शहरें कस्बे की कूड़े करकट ते गंदगी शा मुक्त जम्मू दिया डिप्टी कमिश्नर बना रर्बन मिशन तहत तो चा गतिविधियों गतिविधी प्रगति रफ्तार का जायजा लेने लिए ले एक बैठक सदी दी स्थिति बारे ब्यौरा पेश करते हुए एडीसी प्रीति शर्मा हो प्रस्तावित एक सौ त्रुंजा कमें चा पचानवे कम हत् गए ज न्बे की तोड़ चाड़े जा चुके हैं इस मौके डीसी सीओ मीटिंग में शामिल सबने अधिकारियों की जोर जो उपलब्ध सबने संसाधने दा पूरा पूरा इस्तेमाल करते हुई कमें तोड़ जा ते तय मानके मुजब कम करते इन म्यार पर कन्ोक तीन अपनी लवासा हो बकाया सबने कमें की रफ्तार तेजी चेजी आते इन मिते ग समय के दे दे अंदर अंदर तोड़ चाड़ना यकीनी बनाने के भी निर्देश न रामबन जिले च डिजिटल इंडिया जिमी रिकॉर्ड के आधुनिकीकरण संबंधी कार्यक्रम तहत सबने स सौ उन्त्तरी ग्राए च जमाबंदियां दर्ज करने का काम मुकम्मल कर करता है जिला संवाददाता रविंद्र किचलू क इस बारे जिला विकास कमिश्नर मुसरत इस्लाम हो जो टारगेट कीवर्ड्स का था और जो खाताज और खसरेज का था जो जमाबंदीज का प्रोसेस था डिजिटाइजेशन ऑफ रेवेन्यू रिकॉर्ड्स, वो कंप्लीट कर लिया तीस से ज्यादा कंप्यूटर्स जो है फुली कनेक्टेड टू तो इंटरनेट, हाईटेक लैब जो है वो सेटअप की थी ਅਖੀਰਾਂ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਕਿਸ਼ਤਵਾੜ ਜ਼ਿਲ੍ਹੇ ਦੇ ਮੜਵਾ ਇਲਾਕੇ ਚ ਪੇਸ਼ ਆਏ ਦੇ ਸੜਕਾਂ ਅਸਰ ਚ ਚੌ ਮਹਿਲਾਵਾਂ ਸਨੇ 8 ਜਨੇ ਦੀ ਮੌਤ ਹੋਈ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ G20 ਸਿਖਰ ਸੰਮੇਲਨ ਚ ਸ਼ਿਰਕਤ ਕਰੀ ਹੈ ਮੁਲਕ ਪਰ ਤੋਂ ਆਏ ਨ ਉਹਨੇ ਆਖਿਆ ਜੇ G20 ਦੀ ਭਾਰਤ ਦੀ ਅਧਿਕਤਾ ਸਮਾਵੇਸ਼ੀ ਸਮਗਰ ਮਹੱਤਵਕਾਂਖੀ ਤੇ ਨਤੀਜਾਕੁਨ ਕਾਰਵਾਈਆਂ ਉੱਪਰ ਕੇਂਦਰਿਤ ਹੋਗਾ ਤੇ ਲੈਫਟਨੈਂਟ ਗਵਰਨਰ ਮਨੋਤ ਸਿਨਾਉਰੀ ਆਖਿਆ ਜਿ ਨਮੀਏ ਕਾਢੇ ਤੇ ਜੀਆਈਐਸ ਤਕਨੀਕਾਂ ਦੀ ਵਰਤੋਂ ਨਾਲ ਸਰਕਾਰ ਦੇ ਕੰਮਕਾਜ ਵਪਾਰ ਕਾਰੋਬਾਰ ਤੇ ਸਮਾਜ ਦੇ ਵਿਕਾਸ ਚ ਵੀ ਤੇਜ਼ੀ ਆ ਵਰਦੀ ਹੈ ਇਹਦੇ ਕੰਨੇ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤੋ ਕਾ